ਅੱਗੇ ਨਾ ਅੱਗੇ ਨਾ ਯਾਰ ਤੂੰ ਆ ਲੈ ਤੂੰ ਤਾਂ ਜਾ ਪੱਕਾ ਖਾ ਡਾਕਟਰ ਬਲਜੀਤ ਕੌਰ ਜੀ ਦੇ ਨਾਲ ਨੇ ਸਾਡੇ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਜੀਤ ਕੌਰ ਜੀ ਅਤੇ ਐਸਐਸਪੀ ਬਰਨਾਲਾ ਸ਼੍ਰੀ ਸੰਦੀਪ ਕਲਜੀਤ ਜੀ ਸਾਰਿਆਂ ਨੂੰ ਬੇਨਤੀ ਹੈ ਕਿਰਪਾ ਕਰਕੇ ਪੁੱਜੇ ਹਨ। ਡਾਕਟਰ ਬਲਜੀਤ ਕੌਰ ਜੀ ਨੇ ਐਮਬੀਬੀਐਸ ਦੀ ਡਿਗਰੀ 1997 ਵਿਚ ਫਰੀਦਕੋਟ ਤੋਂ ਕੀਤੀ। ਸਨ 2000 ਵਿਚ ਇਨ੍ਹਾਂ ਦਾ ਵਿਆਹ ਇੰਜੀਨੀਅਰ ਸ੍ਰੀ ਦਲਜੀਤ ਸਿੰਘ ਟੈਕਸੀ ਸਰਕਾਰ ਵੱਲੋਂ ਕੈਬਨਿਟ ਮੰਤਰੀ ਦੇ ਅਹੁਦੇ ਵਜੋਂ ਸਨਮਾਨਿਆ ਗਿਆ। ਇਹ ਆਪਣੇ ਵਰਗੇ ਦੇ ਪਹਿਲੇ ਮਹਿਲਾ ਕੈਬਨਿਟ ਮੰਤਰੀ ਬਣੇ ਹਨ। 15 ਅਗਸਤ 1947 ਸਾਡੇ ਕੈਲੰਡਰਾਂ ਵਿਚ ਮੇਰੇ ਸਾਰੇ ਵੀਰਾਂ ਨੂੰ ਬੇਨਤੀ ਹੈ, ਅਸੀਂ ਸਾਰੇ ਆਪਣੇ ਆਪਣੇ ਬੱਚੇ ਦੇਖਣ ਆਏ ਹਾਂ ਇੱਥੇ, ਸਾਰਿਆਂ ਨੂੰ ਵੀਡੀਓ ਤੇ ਬਣਾਉਣੇ ਨੇ, ਕਿਰਪਾ ਕਰਕੇ ਆਪਣੀਆਂ ਥਾਵਾਂ ਤੇ ਬੈਠੋ ਤੇ ਬੈਠ ਖਾਲੀ ਰੱਖੋ। ਸਾਰਿਆਂ ਨੂੰ ਬੇਨਤੀ, ਇਸ ਤਰ੍ਹਾਂ ਪਵਨ ਕੁਮਾਰ ਆਪਣਾ ਸਨਮਾਨ ਲੈਂਦੇ ਹੋਏ ਇਹਨਾਂ ਤੋਂ ਬਾਅਦ ਆ ਰਹੇ ਨੇ ਇਸ ਸਾਈਡ ਰੇਣੂ ਪ੍ਰੋਚਾ ਜਿਨ੍ਹਾਂ ਨੇ ਮਹਿਲਾ ਕੁਰਸੀ ਦੀ ਅਗਵਾਈ ਕੀਤੀ ਸੀ। ਉਹਨਾਂ ਤੋਂ ਬਾਅਦ ਆਉਣਗੇ ਪਰਮਜੀਤ ਸਿੰਘ ਜਿਹਨੇ ਕਿ ਹੋਮਗਾਰਡ ਟੁਕੜੀ ਦੀ ਅਗਵਾਈ ਕਰ ਰਹੇ ਸਨ। ਅੱਗੇ ਆ ਰਹੇ ਨੇ ਐਨਸੀਸੀ ਦੀ ਪਹਿਲੀ ਟੁਕੜੀ ਦੀ ਅਗਵਾਈ ਕਰ ਰਹੇ ਸੁਖਦੀਪ ਕੌਰ ਐਸਟੀ ਕਾਲਜ ਬਰਨਾਲਾ ਤੋਂ। ਇਹਨਾਂ ਤੋਂ ਬਾਅਦ ਆ ਰਹੇ ਹਨ ਲਾਲ ਬਹਾਦਰ ਸ਼ਾਸਤਰੀ ਕਾਲਜ ਦੀ ਟੁਕੜੀ ਅਗਵਾਈ ਕਰ ਰਹੇ ਸੀ ਰਾਜਨਦੀਪ ਕੌਰ। ਉਹਨਾਂ ਤੋਂ ਅੱਗੇ ਤਿਆਰ ਰਹਿਣਗੇ ਗੁਰੂ ਗੋਬਿੰਦ ਸਿੰਘ ਕਾਲਜ ਕੰਘੇੜਾ ਦੇ ਲਵਪ੍ਰੀਤ ਕੌਰ। ਉਸ ਤੋਂ ਅੱਗੇ ਨੇ ਸੇਕ੍ਰੇਡ ਹਾਰਟ ਕਾਨਵੈਂਟ ਸਕੂਲ ਦੇ ਦਾਨਿਸ਼ ਗਰਗ। ਇਹ ਤਿਆਰ ਰਹਿਣਗੇ। ਇਸ ਤੋਂ ਬਾਅਦ ਆਉਣਗੇ ਜੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਖੋਵਾਲਾ ਬੈਂਡ ਦੇ ਜਿਹੜੇ ਅਗਵਾਈ ਕਰ ਰਹੇ ਸੀ ਜਗਦੀਪ ਸਿੰਘ ਜੀ। ਇਹਨਾਂ ਤੋਂ ਬਾਅਦ ਆ ਰਹੇ ਨੇ ਸਰਦਾਰ ਦਰਸ਼ਨ ਸਿੰਘ ਰਤਾਲਾ ਜੀ ਜਿਨ੍ਹਾਂ ਨੇ ਪੁਲਿਸ ਬੈਂਡ ਦੀ ਅਗਵਾਈ ਕੀਤੀ ਸੀ। ਹਾਂਜੀ ਮੈਮ ਪਲੀਜ਼ ਸਾਹਮਣੇ ਜੀ ਬਰੇ ਪਰਲੀ ਸਾਈਡ ਹੀ ਹੋ ਜਾ ਉਧਰ ਹੀ ਹੋ ਜਾ। ਹਾਂਜੀ ਸਰ ਸਾਹਮਣੇ ਜੀ ਦਰਸ਼ਨ ਸਿੰਘ ਹਰਪ੍ਰੀਤ ਸਿੰਘ ਕੰਪਿਊਟਰ ਆਪਰੇਟਰ
ਡੀਆਈਓ ਐਨਆਈਸੀ ਬਰਨਾਲਾ ਤੋਂ। ਇਹਨਾਂ ਨੇ ਲੋਕ ਸਭਾ ਚੋਣਾਂ ਦੌਰਾਨ ਚੰਗੀ ਕਾਰਗੁਜ਼ਾਰੀ ਕੀਤੀ। ਉਸ ਤੋਂ ਬਾਅਦ ਨੇ ਖਿਡਾਰੀ ਲਵਦੀਪ ਕੌਰ, ਉਸ ਤੋਂ ਬਾਅਦ ਨੇ ਖਿਡਾਰੀ ਆਕਾਸ਼ਦੀਪ ਸਿੰਘ, ਇਹਨਾਂ ਤੋਂ ਬਾਅਦ ਆ ਕੇ ਖਿਡਾਰੀ ਪ੍ਰਦੀਪ ਕੌਰ, ਖਿਡਾਰੀ ਪ੍ਰਦੀਪ ਕੌਰ, ਉਹਨਾਂ ਤੋਂ ਬਾਅਦ ਆ ਕੇ ਖਿਡਾਰੀ ਲਵਪ੍ਰੀਤ ਕੁਮਾਰ, ਖਿਡਾਰੀ ਲਵਪ੍ਰੀਤ ਕੁਮਾਰ, ਇਹਨਾਂ ਤੋਂ ਬਾਅਦ ਆ ਕੇ ਖਿਡਾਰੀ ਹਰਸ਼ਪ੍ਰੀਤ ਸਿੰਘ, ਖਿਡਾਰੀ ਹਰਸ਼ਪ੍ਰੀਤ ਸਿੰਘ, ਇਹਨਾਂ ਤੋਂ ਬਾਅਦ ਆ ਕੇ ਖਿਡਾਰੀ ਅਵਨੀਤ ਕੌਰ। ਇਸ ਤੋਂ ਬਾਅਦ ਸਮੂਹ ਸਟਾਫ ਸਰਕਾਰੀ ਪ੍ਰਾਇਮਰੀ ਸਕੂਲ ਦਾਨਗੜ੍ਹ ਤਿਆਰ ਰਹੇ। ਸਰਕਾਰੀ ਪ੍ਰਾਇਮਰੀ ਸਕੂਲ ਦਾਨਗੜ੍ਹ ਦੇ ਸਟਾਫ ਵੱਲੋਂ ਸਕੂਲ ਵਿੱਚ ਲਗਭਗ 53 ਵਿਦਿਆਰਥੀਆਂ ਦਾ ਵਾਧਾ ਕੀਤਾ ਗਿਆ। ਸਟਾਫ ਵੱਲੋਂ ਸਕੂਲ ਵਿੱਚ 50 ਤੋਂ ਵੱਧ ਪੌਦੇ ਲਗਾਏ ਗਏ ਅਤੇ ਵਿਦਿਆਰਥੀਆਂ ਲਈ ਲਾਇਬ੍ਰੇਰੀ ਬਣਾਈ ਗਈ। ਉਹਨਾਂ ਤੋਂ ਬਾਅਦ ਤਿਆਰ ਰਹਿਣਗੇ ਸ੍ਰੀ ਤਰਵਿੰਦਰ ਸਿੰਘ, CHT ਪ੍ਰਾਇਮਰੀ ਸਕੂਲ ਹਟਿਆਇਆ। ਸ਼ਹੀਦ ਲਾਲਾ ਲਾਜਪਤ ਰਾਏ, ਸ਼ਹੀਦ ਦੀਵਾਨ ਸਿੰਘ ਕਾਲੇ ਪਾਣੀ ਅਤੇ ਡੇਢ ਕਰੋੜ ਪੰਜਾਬ ਦੀ ਧਰਤੀ ਤੋਂ ਸ਼ਹੀਦ ਹੋਏ, ਜਿਨ੍ਹਾਂ ਦੇ ਕਰਕੇ ਅਸੀਂ ਅੱਜ ਆਜ਼ਾਦੀ ਲੜੀ ਗੁਮਾਨ ਰਹੇ ਹਾਂ। ਸਾਨੂੰ ਮਾਣ ਹੈ ਕਿ ਦੇਸ਼ ਦੀ ਆਜ਼ਾਦੀ ਲਈ ਜੋ ਸੰਗਰਾਮ ਸ਼ੁਰੂ ਹੋਇਆ ਸੀ, ਉਸਦੇ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ ਨੇ। ਸਾਡੀ ਸਰਕਾਰ ਮਹਾਨ ਸ਼ਹੀਦਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਵਚਨਬੱਧ ਹੈ ਕਿ ਉਹਨਾਂ ਦੀ ਸੋਚ ਨੂੰ ਜ਼ਿੰਦਾ ਰੱਖਣ ਦੇ ਲਈ ਸਮੇਂ ਸਮੇਂ 'ਤੇ ਉਪਰਾਲੇ ਕਰਦੀ ਰਹਿੰਦੀ ਹੈ। ਮੁੱਖ ਮੰਤਰੀ ਬਣਨ ਤੋਂ ਬਾਅਦ ਸਰਦਾਰ ਭਗਵੰਤ ਸਿੰਘ ਮਾਨ ਨੇ ਆਪਣੇ ਆਪਣੇ ਦੀ ਸਾਂਸ ਮਿਲੇ ਆਦਮੀ ਸਰਦਾਰ ਭਗਤ ਸਿੰਘ ਦੇ ਜੱਦੀ ਪਿੰਡ ਖੱਟਰ ਕਲਾਂ ਵਿਖੇ ਦਿੱਤੀ। ਇਸ ਤੋਂ ਇਲਾਵਾ ਸਾਡੀ ਸਰਕਾਰ ਨੇ ਅਹਿਮ ਫੈਸਲੇ ਲੈਂਦਿਆਂ ਸਰਕਾਰੀ ਦਫ਼ਤਰਾਂ ਦੇ ਵਿੱਚ ਸ਼ਹੀਦ ਭਗਤ ਸਿੰਘ ਅਤੇ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੀਆਂ ਤਸਵੀਰਾਂ ਲਗਾਈਆਂ। ਮੁਹਾਲੀ ਜਮਾਤੀ ਹਵਾਈ ਅੱਡੇ ਦਾ ਨਾਮ ਸ਼ਹੀਦ ਸਰਦਾਰ ਭਗਤ ਸਿੰਘ ਦੇ ਨਾਮ 'ਤੇ ਰੱਖਣ ਉਪਰੰਤ ਹੁਣ ਪੰਜਾਬ ਸਰਕਾਰ ਉੱਥੇ ਸ਼ਹੀਦ ਆਜ਼ਮ ਦਾ ਪੁੱਤ ਲਗਾਉਣ ਜਾ ਰਹੀ ਹੈ। ਮੁੱਖ ਮੰਤਰੀ ਨੇ ਸ਼ਹੀਦ ਭਗਤ ਸਿੰਘ, ਸ਼ਹੀਦ ਊਧਮ ਸਿੰਘ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਸਰਬਉੱਚ ਨਾਗਰਿਕ ਸਨਮਾਨ ਭਾਰਤ ਰਤਨ ਦੇਣ ਲਈ ਕੇਂਦਰ ਸਰਕਾਰ ਅੱਗੇ ਮੰਗ ਰਹੀ ਹੈ। ਸਰਕਾਰ ਨੇ ਸ਼ਹੀਦ ਜਵਾਨਾਂ ਦੇ ਵਾਰਸਾਂ ਦੇ ਲਈ ਇਸ ਏਸ਼ੀਆ ਰਾਸ਼ੀ 50 ਲੱਖ ਤੋਂ ਵਧਾ ਕੇ 1 ਕਰੋੜ ਰੁਪਏ ਦਿੱਤੀ ਹੈ। ਸਾਡੀ ਸਰਕਾਰ ਵੱਲੋਂ ਸੂਬੇ ਅਤੇ ਦੇਸ਼ ਦੀ ਸੁਰੱਖਿਆ ਲਈ ਜਾਨ ਵਾਰਨ ਵਾਲੇ ਪੁਲਿਸ ਕਰਮਚਾਰੀਆਂ ਦੇ ਪਰਿਵਾਰਾਂ ਨੂੰ 1 ਕਰੋੜ ਰੁਪਏ ਸਹਾਇਤਾ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ। ਇਸੇ ਤਰ੍ਹਾਂ ਹੀ ਸਰੀਰਕ ਤੌਰ 'ਤੇ ਦਿਵਿਆਂਗ ਹੋ ਚੁੱਕੇ ਸੈਂਟਰਾਂ ਦੀ ਇਸ ਏਸ਼ੀਆ ਗ੍ਰਾਂਟ ਵਿੱਚ ਵੀ ਵਾਧਾ ਕੀਤਾ ਹੈ। ਪੰਜਾਬ ਸਰਕਾਰ ਦਾ ਈਸਟ ਪੰਜਾਬ ਵਾਰ ਅਵਾਰਡ ਸੈਕਟ 1948 ਤਹਿਤ ਉਹਨਾਂ ਮਾਪਿਆਂ ਨੂੰ ਦਿੱਤੀ ਸਹਾਇਤਾ ਵਜੋਂ ਚੰਗੀ ਵਿਕੀ ਪ੍ਰਦਾਨ ਕਰ ਰਹੀ ਹੈ, ਜਿਨ੍ਹਾਂ ਦੇ ਇਕਲੌਤੇ ਬੱਚੇ ਜਾਂ 2 ਜਾਂ 3 ਬੱਚੇ ਦੂਜੇ ਵਿਸ਼ਵ ਯੁੱਧ, ਕੌਮੀ ਐਮਰਜੈਂਸੀ, 1962 ਅਤੇ 1970 ਦੌਰਾਨ ਭਾਰਤੀ ਫੌਜ ਦੀ ਸੇਵਾ ਨਿਭਾ ਚੁੱਕੇ ਹਨ। ਸੂਬਾ ਸਰਕਾਰ ਨੇ ਇਹ ਵਿੱਤੀ ਸਹਾਇਤਾ 10,000 ਰੁਪਏ ਸਾਲਾਨਾ ਦੇ ਆਧਾਰ 'ਤੇ 20,000 ਰੁਪਏ ਸਾਲਾਨਾ ਦਿੱਤੀ ਹੈ। ਪਹਿਲੀ ਅਤੇ ਦੂਜੀ ਵਿਸ਼ਵ ਜੰਗ ਵਿੱਚ ਹਿੱਸਾ ਲੈਣ ਵਾਲੇ 65 ਸਾਲ ਤੋਂ ਵੱਧ ਉਮਰ ਵਾਲੇ
ਸਾਬਕਾ ਸੈਨਿਕਾਂ ਜੰਗੀ ਵਿਧਵਾਵਾਂ ਜਿਨ੍ਹਾਂ ਨੂੰ ਬਿਨਾਂ ਕਿਸੇ ਪੈਨਸ਼ਨ ਲਾਭ ਦੇ ਘਰ ਭੇਜ ਦਿੱਤਾ ਗਿਆ ਸੀ ਉਹਨਾਂ ਨੇ ਵਿੱਤੀ ਸਹਾਇਤਾ ਮੁਤਾਬਕ 6,000 ਰੁਪਏ ਪ੍ਰਤੀ ਮਹੀਨਾ ਭੁਗਤਾ ਕੇ 10,000 ਰੁਪਏ ਪ੍ਰਤੀ ਮਹੀਨਾ ਦਾ। ਇਸੇ ਤਰ੍ਹਾਂ ਹੀ ਪੰਜਾਬ ਸਰਕਾਰ ਨੇ ਆਪਣਾ ਵਾਅਦਾ ਪੂਰਾ ਕਰਦਿਆਂ ਰੁਜ਼ਗਾਰ ਪੂਰਾ ਕਰਦਿਆਂ ਸਾਡੀ ਸਰਕਾਰ ਵੱਲੋਂ ਪਿਛਲੇ ਕਰੀਬ 2 ਸਾਲਾਂ ਦੇ ਦੌਰਾਨ 47,000 ਤੋਂ ਵੱਧ ਸਰਕਾਰੀ ਨੌਕਰੀਆਂ ਸੂਬੇ ਵਿੱਚ ਪੁਲਿਸ ਫੋਰਸ ਨੂੰ ਹੋਰ ਮਜ਼ਬੂਤ ਕਰਨ ਲਈ ਸਾਲ ਵਿੱਚ 1800 ਸਿਪਾਹੀ ਅਤੇ 300 ਸਾਲ ਇੰਸਪੈਕਟਰ ਭਰਤੀ ਕਰਨ ਦਾ ਫੈਸਲਾ ਕੀਤਾ ਗਿਆ। ਪੰਜਾਬ ਸਰਕਾਰ ਸੂਬੇ ਵਿੱਚ ਖੇਡਾਂ ਨਾਲ ਸ਼ਾਸਕਾਂ ਦੇ ਕੌਮੀ ਅਤੇ ਕੌਮਾਂਤਰੀ ਪੱਧਰ 'ਤੇ ਲੱਗਾਂ ਮਾਰਾਂ ਵਾਲੇ ਖਿਡਾਰੀਆਂ ਨੂੰ ਸਰਕਾਰੀ ਨੌਕਰੀਆਂ ਅਤੇ ਇਨਾਮਾਂ ਨਾਲ ਨਵਾਜ਼ਿਆ ਜਾਣਗੇ। ਪਿਛਲੇ 2 ਸਾਲਾਂ ਦੌਰਾਨ 24,164 ਖਿਡਾਰੀਆਂ ਨੂੰ 75 ਕਰੋੜ ਰੁਪਏ ਦੀ ਨਕਦ ਰਾਸ਼ੀ ਇਨਾਮਾਂ ਵੱਲ ਕੀਤੀ ਗਈ ਹੈ। ਅਕਾਦਮੀ ਵਿੱਚ ਓਲੰਪਿਕ ਖੇਡਾਂ ਦੇ ਵਿੱਚ ਕਾਂਸੀ ਦਾ ਤਮਗਾ ਜਿੱਤੀ ਆਈ ਭਾਰਤੀ ਹਾਕੀ ਟੀਮ ਦੇ ਪੰਜਾਬੀ ਖਿਡਾਰੀਆਂ ਨੂੰ ਆਪਣੇ ਟੀਮ ਨੇ 1-1 ਕਰੋੜ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਪੰਜਾਬ ਨੂੰ ਖੇਡਾਂ ਵਿੱਚ ਮੁੜ ਤੋਂ ਮੋਹਰੀ ਸੂਬਾ ਬਣਾਉਣ ਦੇ ਲਈ 2023 ਦੇ ਵਿੱਚ ਨਵੀਂ ਖੇਡ ਨੀਤੀ ਬਣਾਈ ਗਈ ਸੀ ਜਿਸ ਦੇ ਤਹਿਤ 1,000 ਖੇਡ ਕਸਬੀਆਂ ਸਥਾਪਿਤ ਕੀਤੀਆਂ ਜਾ ਰਹੀਆਂ ਨੇ। ਇਸੇ ਤਰ੍ਹਾਂ ਹੀ ਪੰਜਾਬ ਨੇ ਸਿਹਤ ਵਿੱਚ ਵੀ ਕ੍ਰਾਂਤੀਕਾਰੀ ਤਬਦੀਲੀਆਂ ਲਿਆਉਂਦੀਆਂ ਨੇ ਜਿਸ ਦੇ ਵਿੱਚ 842 ਆਮ ਆਦਮੀ ਕਲੀਨਿਕ ਲੋਕਾਂ ਦੇ ਸਪੁਰਦ ਕੀਤੇ ਜਾ ਚੁੱਕੇ ਨੇ ਔਰ ਇਸੇ ਤਰ੍ਹਾਂ ਹੀ 325 ਹਾਈਟੈਕ ਐਂਬੂਲੈਂਸ ਵੀ ਲੋਕਾਂ ਦੇ ਸਪੁਰਦ ਕੀਤੇ ਜਾ ਚੁੱਕੇ ਹਨ। ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਦੇ ਕੈਂਸਰ ਕੇਅਰ ਸੈਂਟਰ ਫਾਜ਼ਿਲਕਾ ਵਿਖੇ ਕੈਂਸਰ ਦੇ ਮਰੀਜ਼ਾਂ ਦੇ ਇਲਾਜ ਲਈ ਕੈਂਸਰ ਸਥਾਪਨਾ 1,96,000 ਰੁਪਏ ਅਤੇ 46 ਕਰੋੜ ਰੁਪਏ